ਤੁਹਾਨੂੰ ਕੜੀ ਪੱਤੇ ਦਾ ਬੂਟਾ ਹੁੰਦਾ ਸੀ ਆਪਾਂ ਨਾਲ ਜਮੀ ਚਟਨੀ ਮੰਮੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ। ਲਓ ਜੀ ਆਪਾਂ ਸਬਜ਼ੀ ਤੋੜ ਲਈ, ਸਬਜ਼ੀ ਬਣਾਵਾਂਗੇ। ਮੈਂ ਨਹੀਂ ਛੱਡਦੀ ਪਾਣੀ ਲੱਗਣਾ ਨਹੀਂ ਸੁਣਦਾ ਜੀ, ਮੋਟਰ ਛੱਡ ਕੇ ਜਾ ਉੱਪਰ ਨਹੀਂ ਜੀ ਫਿਰ ਗਰਮੀ ਕਰ ਸੂਟ ਚੜ ਕੇ 6:30 ਦਾ ਟਾਈਮ ਹੋਇਆ ਜੇ ਐਂ ਲੱਗਦਾ ਵੀ ਪਤਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ। ਗੁੱਲੀਆਂ ਵੀ ਨਾ ਹੋਣ ਕਿਤੇ ਤੇ ਡੈਡੀ ਕੀ ਕਰ ਰਹੇ ਨੇ? ਮੈਂ ਕਹਿ ਕੇ ਮੈਨੂੰ ਫਲੀਆਂ ਤੜਾ ਦਿਓ। ਇੱਕ ਵਾਰੀ ਨਾ ਪਿਛਲੀ ਲੱਗੜੋਂ ਹਟ ਗਈਆਂ ਸੀ ਫਲੀਆਂ, ਪਤਾ ਨਹੀਂ ਕੀ ਕੁਛ ਹੋ ਗਿਆ ਸੀ ਇਹਨਾਂ ਨੂੰ, ਦੁਬਾਰੇ ਫਿਰ ਹੁਣ ਫੁੱਲ ਚੱਕ ਲਏ, ਦੁਬਾਰਾ ਫਿਰ ਲੱਗਣ ਲੱਗ ਗਏ। ਪਹਿਲਾਂ ਬਹੁਤ ਲੱਗੀਆਂ ਪਿਛਲੀ ਹਟ ਗਈਆਂ ਸੀ, ਹੁਣ ਫਿਰ ਦੁਬਾਰਾ ਲੱਗਣ ਲੱਗ ਗਏ। ਮੋਟੀ ਮੋਟੀਆਂ ਤੋੜ ਦਿੰਦੇ ਹਾਂ ਬਰੀਕ ਜਿਹਾ, ਕੱਲ੍ਹ ਨੂੰ ਦੁਬਾਰਾ ਫਿਰ ਤੋੜ ਲਾਂਗੇ ਪਰਸੋਂ। ਸਵੇਰੇ ਸਵੇਰੇ ਤਾਂ ਇੱਥੇ ਛਾਂ ਹੁੰਦੀ ਹੈ, ਫਿਰ ਧੁੱਪ 'ਚ ਨਹੀਂ ਟੁੱਟਦੀਆਂ। ਇੱਧਰ ਟਮਾਟਰ ਲੱਗਿਆ ਪਿਆ ਇੱਕ, ਉਹ ਵੀ ਤੋੜ ਲਿਓ ਲਾਲ ਜਿਹਾ। ਉਹ ਚਾਰ ਲੱਗਦੀਆਂ ਨੇ ਉਹੀ ਪੱਕ ਜਾਂਦੀਆਂ ਨੇ ਕੱਚੀਆਂ। ਗਰਮੀ ਨੇ ਪਰੇਸ਼ਾਨ ਕਰੇ ਪਿਆ। ਆਹ ਕੱਦੂ ਦੀ ਬੇਲ ਜੀ ਕਿਸੇ ਲੋਟੇ ਚੋਂ ਕੱਢਣ ਵਾਲੀ ਹੈ, ਪੱਟ ਦੋ ਪਰਾਂ। ਮੋਟੀਆਂ ਮੋਟੇ ਤੋੜੇ ਬਾਰੇ, ਬਰੀਕ ਨਾ ਤੋੜੋ। ਦੁਪਹਿਰਾ ਚੜ ਜੂ ਮੈਨੂੰ ਇੱਥੇ ਚੀਰ ਚਰਈਆ ਕਰਦੀ ਮੈਨੂੰ, ਲੋਕ 7 ਵਜੇ ਨਾਲ ਰੋਟੀ ਲਾ ਕੇ ਖਾ ਕੇ ਵਿਹਲੇ ਹੋ ਜਾਂਦੇ। ਲਓ ਜੀ ਇੰਨੀਆਂ ਸਾਰੀਆਂ ਇੱਥੇ ਆ ਗਈਆਂ, ਇੱਧਰੋਂ ਤੋੜ ਮੰਗਾਏ ਹੋਏ ਨੇ, ਜੇ ਲਿਆਉਣਗੇ ਘੰਟੇ 'ਚ 3-4 ਫਲੀਆਂ। ਅਜੇ ਘੱਟ ਨੇ ਆਪਣੀਆਂ ਲੱਗੀਆਂ ਹੋਈਆਂ, ਹੁਣ ਨਵਾਂ ਫਲ ਚੱਕਿਆ, ਜਾਮਣੀ ਜਾਮਣੀ ਫੁੱਲ ਨੇ ਜਿਹੜੇ, ਦੁਬਾਰਾ ਫਲ ਚੱਕਿਆ, ਹਟ ਗਈਆਂ ਦੇ ਵਿੱਚ ਲੱਗਣ ਦੀ ਲੱਗਣੋ। ਤੁਹਾਨੂੰ ਤਾਂ ਗਰਮੀ ਵਾਲੀ ਪੈ ਗਈ, ਉਹ ਫਲੀ ਨੂੰ ਚੱਕਿਆ ਮੁੜ ਕੇ ਉੱਥੇ ਖੜ ਗਈ। ਕੱਢਣੀਆਂ ਪੈਣੀਆਂ, ਬਾਬਾ ਨੀ ਆਇਆ ਸਬਜ਼ੀ ਵਾਲਾ? ਫਲ ਜੇ ਲੱਗੇ ਫੁੱਲ ਜੇ ਚੱਕੀ ਜਾਂਦੇ ਨੇ, ਮੱਚੀ ਜਾਂਦੇ ਨੇ, ਕੱਦੂ ਲੱਗਦੇ ਨੀ। ਹਰੀਆਂ ਮਿਰਚਾਂ ਪਾ ਕੇ ਬਣਾ ਲੈਣ? ਨਹੀਂ ਅੰਮੀ ਉਹ ਪਿਆ ਅੰਬ ਪਿਆ ਚਟਨੀ ਦੇਖ ਲਓ।
ਲਓ ਜੀ ਆਪਾਂ ਕਰ ਲੈਂਦੇ ਹਾਂ। ਇੱਕ ਤਾਂ ਛੋਟਾ ਜਿਹਾ ਕੱਦੂ ਥਿਆ ਗਿਆ ਸੀ ਆਪਾਂ ਨੂੰ, ਇੱਕ ਤੋਰੀ ਥਿਆ ਗਈ ਸੀ, ਦੋ ਕੁਛ ਹਰੀਆਂ ਮਿਰਚਾਂ ਪਾ ਲੈਂਦੇ ਹਾਂ। ਇਹਦੀ ਸਬਜ਼ੀ ਬਣਾ ਲਿਓ ਕਿਉਂਕਿ ਫਲੀਆਂ ਕੱਟਣ ਦੇ ਟਾਈਮ ਬਹੁਤ ਜ਼ਿਆਦਾ ਲੱਗੂ, 7 ਵੱਜ ਗਏ ਨੇ। ਪਹਿਲਾਂ ਇਹਦੇ 'ਚ ਕੱਢਣੇ ਕੁੱਢਣੀਆਂ ਪੈਣਗੀਆਂ, ਫਿਰ ਬਹੁਤ ਟਾਈਮ ਲੱਗ ਜੂਗਾ। ਸਬਜ਼ੀ ਬਣਦੇ ਵੀ ਟਾਈਮ ਲੱਗਦਾ, ਕੱਦੂ ਤੋਰੀ ਮਿੰਟ 'ਚ ਬਣ ਜਾਂਦੀ, ਉਹਨੂੰ ਦੁਪਹਿਰੇ ਬਣਾ ਲਵਾਂਗੇ। ਅਤੇ ਹੁਣ ਜੋਗੀ ਬਣਾ ਲੈਂਦੇ ਆਪਾਂ, ਦਿਨ ਚੜ੍ਹਨਗੇ, ਸਵੇਰੇ ਆ ਜਾਂਦੇ ਨੇ ਮੱਖੀਆਂ, ਬਾਹਲਾ ਪਰੇਸ਼ਾਨ ਕਰਦੀਆਂ। ਇਹਦੀ ਕਿਤੇ ਇੰਨੀਆਂ ਮੱਖੀਆਂ ਨੇ ਨਾ, ਬੁਰਾ ਹਾਲ ਹੀ ਆ। ਲਓ ਜੀ ਬਦਾਮ ਖਾ ਲਓ, ਦੋ ਅੰਜੀਰ ਨੇ, ਆਪਦੇ ਬਦਾਮ ਲੈ ਲੈ। ਤੂੰ ਕਿੱਥੇ ਸੀ? ਆਹ ਬਦਾਮ ਲੈ ਲੈ, ਕਿਵੇਂ ਗੁੱਸਾ ਆਉਂਦਾ। ਫੇਸਬੁੱਕ ਤੇ ਵੀਡੀਓ ਲਾਈ ਹੋਈ ਹੈ, ਅੰਜੀਰ ਮੁੰਜ ਖਾਣਾ ਸੌਖਾ, ਭਿਉਂ ਕੇ ਖਾਣਾ ਔਖਾ। ਦੋ ਪੀਸ ਸਬਜ਼ੀ ਬਣਾਈ। ਲਓ ਜੀ ਸਭ ਤੋਂ ਪਹਿਲਾਂ ਆਪਾਂ ਦੁੱਧ ਉਬਾਲ ਦਿੰਦੇ ਹਾਂ। ਦੁੱਧ ਸਿਰਫ ਆਪਾਂ ਜਿਹੜਾ ਸ਼ਾਮ ਨੂੰ ਹਨਾ ਕਹਿੰਦੇ ਲੱਸੀ ਪੀਵਾਂਗੇ ਰੋਟੀ ਦੇ ਨਾਲ, ਉਹਦੇ 'ਚ ਉਨਾ ਜਿੰਨਾ ਆਪਾਂ ਦੁੱਧ ਕੱਚਾ ਰੱਖਾਂਗੇ ਆਪਾਂ ਸਾਰਾ, ਬਾਕੀ ਸਾਰੇ ਦਾ ਸਾਰਾ ਆਪਾਂ ਉਬਾਲ ਦਿੰਦੇ ਹੁੰਦੇ ਹਾਂ। ਕਿਉਂਕਿ ਇਹਨਾਂ ਤੋਂ ਐਂ ਵੀ ਦੁੱਧ ਜੇ ਹੋਈ ਲਾਈਟ ਲੂਟ ਚਲੀ ਜਾਵੇ ਹੈ ਨਾ, ਖਰਾਬ ਨਹੀਂ ਹੁੰਦਾ, ਕਿਉਂਕਿ ਕੱਲ੍ਹ ਤੱਕ ਆਪਾਂ ਇਹੀ ਦੁੱਧ ਵਰਤਣਾ ਹੈਗਾ। ਅਤੇ ਅਗਲੀ ਗੱਲ ਇਹ ਆ ਵੀ ਇਹਦੇ 'ਚ ਥੋੜ੍ਹੀ ਮੋਟੀ ਮਲਾਈ ਆ ਜਾਂਦੀ, ਇਹਦੇ ਨਾਲ ਆਪਣਾ ਘਿਓ ਬਣ ਜਾਂਦਾ। ਇਹ ਦੇਖੋ ਜਿਸ ਤਰ੍ਹਾਂ ਇਹ ਮੈਂ ਮਲਾਈ ਇਕੱਠੀ ਕਰੀ ਆ, ਰੋਜ਼ ਸਾਰੇ ਦਾ ਸਾਰਾ ਮੈਂ ਦੁੱਧ ਉਬਾਲ ਦਿੰਦੀ ਹਾਂ। ਅਤੇ ਇਹਦੇ ਉੱਪਰੋਂ ਜਿਹੜੀ ਮਲਾਈ ਹੁਣ ਜਿਵੇਂ ਅੱਜ ਮੈਂ ਦੁੱਧ ਉਬਾਲਿਆ, ਇਹਨੂੰ ਜੀ ਮੈਂ ਕੱਲ੍ਹ ਸਵੇਰ ਤੋਂ ਵਰਤਣਾ ਸ਼ੁਰੂ ਕਰੂੰਗੀ। ਅੱਜ ਸਾਰਾ ਦਿਨ ਪਹਿਲਾਂ ਠੰਡਾ ਕਰਕੇ ਫਰਿੱਜ 'ਚ ਰੱਖੂੰਗੀ, ਮੈਂ ਕੱਲ੍ਹ ਨੂੰ ਵਰਤੂੰਗੀ, ਫਿਰ ਕੱਲ੍ਹ ਸਵੇਰ ਤੱਕ ਤਾਂ ਉਹਦੀ ਮਲਾਈ ਆ ਜੂਗੀ। ਹੁਣ ਆਪਾਂ ਇਹ 'ਚ ਮਧਾਣੀ ਪਾ ਕੇ ਉਹ ਕਰ ਲੈਂਦੇ ਹਾਂ, ਮਧਾਣੀ ਲਾ ਦਿੰਦੇ ਹਾਂ, ਘਿਓ ਕੱਢ ਲੈਂਦੇ।
ਇਹ ਨਹੀਂ ਇੱਕ ਆਪਣੇ ਕੋਲ ਹੈਗਾ ਜੀ ਕੱਦੂ, ਇਹ ਹੈਗੇ ਨੇ ਪਿਆਜ਼, ਇਹ ਹੈਗੀ ਹੈ ਹਰੀ ਮਿਰਚ। ਐਂ ਲੱਗੇ ਹੋ ਵੀ ਇੰਨੀ ਹਰੀ ਮਿਰਚ ਕੌੜੀ ਨਹੀਂ ਹੈਗੀ ਹੈ, ਜੇ ਇਹਦੇ 'ਚ ਆਪਾਂ ਲਾਲ ਮਿਰਚ ਨਹੀਂ ਪਾਉਂਦੇ। ਲਓ ਜੀ, ਨਾਲੇ ਆਪਾਂ ਨਾ ਰਸੋਈ ਦਾ ਕੰਮ ਕਰਦੇ ਰਹਾਂਗੇ, ਨਾਲੇ ਤੁਹਾਡੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਉੱਧਰ ਮੈਂ ਦੁੱਧ ਰੱਖ ਦਿੱਤਾ, ਉਬਲ ਜੂਗਾ ਜੀ ਉਨੇ ਟਾਈਮ ਦੇ ਵਿੱਚ, ਅਤੇ ਇੱਧਰ ਸਬਜ਼ੀ ਬਣੂੰਗੀ, ਅਤੇ ਉਨੇ ਟਾਈਮ ਦੇ ਵਿੱਚ ਇਹ ਮੈਂ ਜਿਹੜੀ ਆਪਣੀ ਮਲਾਈ ਇਕੱਠੀ ਕਰੀ ਹੋਈ ਹੈ ਦੁੱਧ ਵਾਲੀ, ਅਤੇ ਇਹਨੂੰ ਆਪਾਂ ਪਤੀਲੇ ਵਿੱਚ ਪਾ ਕੇ ਇਹਦੇ ਵਿੱਚ ਪਾਣੀ ਪਾ ਕੇ ਅਤੇ ਇਹਦੇ ਆਪਾਂ ਮਧਾਣੀ ਲਾ ਲੈਂਦੇ ਹਾਂਗੇ। ਅਤੇ ਇਹ ਉਬਲੇ ਹੋਏ ਦੁੱਧ ਦੀ ਮਲਾਈ ਹੈ, ਇਹਦੇ ਵਿੱਚ ਇਸ ਤਰ੍ਹਾਂ ਹੀ ਮਲਾਈ ਮਤਲਬ ਕਿ ਮਧਾਣੀ ਲਾ ਕੇ ਆ ਜਾਂਦਾ, ਕਿਉਂ ਕਈ ਭੈਣਾਂ ਜਾਗ ਲਾ ਦਿੰਦੀਆਂ ਨੇ, ਕਈ ਇਸ ਤਰ੍ਹਾਂ ਹੀ ਪਾ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਹੈ ਨਾ। ਅਤੇ ਪਹਿਲਾਂ ਵਾਲਾ ਟਾਈਮ ਤਾਂ ਦੇਖੋ ਹੁਣ ਹੈ ਨਾ ਬਹੁਤ ਜ਼ਿਆਦਾ ਫਰਕ ਪੈ ਗਿਆ, ਪਹਿਲਾਂ ਅਗਲਾ ਕੜਨੀ ਵਾਲਾ 'ਚ ਦੁੱਧ ਰੱਖਦਾ ਸੀ, ਹੁਣ ਵੀ ਬਹੁਤ ਸਾਰੇ ਪਰਿਵਾਰਾਂ ਵਿੱਚ ਰੱਖਿਆ ਜਾਂਦਾ ਹੈਗਾ, ਪਰ ਹੁਣ ਜਿੰਨੀ ਮਹਿੰਗਾਈ ਅਗਲਾ ਕਹਿੰਦਾ ਵੀ ਬਿਉਂਤ ਨਾਲ ਦਿਨ ਤੋੜ ਦਈਏ। ਅਤੇ ਬਾਕੀ ਗੱਲ ਇਹ ਆ ਜੀ, ਸਾਡੇ ਕੋਲ ਅਜੇ ਦੁੱਧ ਦੀ ਘਾਟ ਹੈਗੀ ਹੈ ਜੀ, ਆਪਣੀ ਹੈ ਨਾ ਮੱਝਾਂ ਨੇ ਜਿਹਨੇ ਜਿਹੜਾ ਠਹਿਰ ਕੇ ਸੂਣਗੀਆਂ, ਅਤੇ ਦੁੱਧ ਆਪਾਂ ਆਪਣੇ ਦੂਸਰੇ ਘਰਦਿਆਂ ਤੋਂ ਆਪਾਂ ਮੁੱਲ ਹੀ ਲੈਂਦੇ ਹਾਂਗੇ। ਚਲੋ ਇੰਨੇ ਟਾਈਮ ਟੱਪ ਜੂਗਾ, ਕਈ ਵਾਰੀ ਕਿਹਾ ਮਾਸਟਰ ਜੀ ਨੂੰ ਮੱਝ ਨਹੀਂ ਲੈਣ ਦਿੰਦੇ, ਕਹਿੰਦੇ ਨਹੀਂ ਫਿਰ ਔਖਾ ਹੋ ਜੂਗਾ ਸਾਂਭਣ ਦਾ। ਇੱਕ ਅਸਲੀ ਗੱਲ ਇਹ ਵੀ ਹੈ ਜੀ, ਸਾਨੂੰ ਨਾ ਜੇ ਅਸੀਂ ਬਾਹਰਲਾ ਪਸ਼ੂ ਲੈ ਲੈਂਦੇ ਸਾਨੂੰ ਵਫਾ ਨਹੀਂ ਕਰਦਾ ਹੈਗਾ, ਪਹਿਲਾਂ ਕਈ ਵਾਰੀ ਲੈ ਕੇ ਜੇ ਦੇਖਿਆ ਬਸ ਅਸੀਂ ਹਾਲ ਖਰਾਬ ਜਿਹਾ ਹੋ ਜਾਂਦਾ। ਲਓ ਜੀ ਆਪਾਂ ਇਹਦੇ ਨਾਲ ਨਾਲ ਇਹਦੇ ਵਿੱਚ ਪਾਣੀ ਪਾ ਦਿੰਦੇ ਹਾਂਗੇ, ਜਿੰਨੇ 'ਚ ਮਧਾਣੀ ਲੱਗ ਜੂ ਕਾਫੀ ਪਾਣੀ ਪੈ ਜੂਗਾ ਇਹਦੇ ਵਿੱਚ। ਅਤੇ ਇਹ ਮੈਂ ਸਿਲਵਰ ਦਾ ਪਤੀਲਾ ਰੱਖਿਆ ਜੀ, ਤੁਸੀਂ ਮਿੱਟੀ ਦਾ ਭਾਂਡਾ ਵੀ ਰੱਖ ਸਕਦੇ ਹੋ। ਪਤਾ ਜੀ ਹਰ ਇੱਕ ਅੱਜ ਕੱਲ੍ਹ ਸੁਖਿਆਈ ਭਾਲਦਾ ਹੈ ਨਾ ਵੀ ਇਹ ਸਾਫ਼ ਕਰਨਾ ਸੌਖਾ,
ਅਤੇ ਕਿੱਥੇ ਮਰਜ਼ੀ ਇਹ ਪਿਆ ਰਹੇ, ਮਿੱਟੀ ਦਾ ਹੁੰਦਾ ਵੀ ਸੰਭਾਲ ਜ਼ਿਆਦਾ ਔਖੀ ਹੋ ਜਾਂਦੀ ਹੈ। ਬਾਕੀ ਇਹਨੂੰ ਹੋਰ ਵੀ ਤੁਸੀਂ ਹੈ ਨਾ ਵਰਤ ਸਕਦੇ ਹੋਗੇ, ਜਿਵੇਂ ਚਾਹ ਬਣਾਉਣ ਦੇ ਲਈ ਵਰਤ ਸਕਦੇ ਹੋ, ਇਹਨੂੰ ਚਾਹ ਵੀ ਬਣ ਜਾਂਦੀ ਹੈ। ਇਹਦੇ ਵਿੱਚ ਹੋਰ ਵੀ ਕੰਮਾਂ ਵਿੱਚ ਆਪਾਂ ਇਹਨੂੰ ਵਰਤ ਕਰ ਸਕਦੇ ਹਾਂ, ਕੋਈ ਨਿੰਬੂ ਪਾਣੀ ਕਰਨਾ, ਕੋਈ ਸਕੰਜਵੀ ਕਰਨੀ ਆ, ਕੁਛ ਵੀ ਇਸ ਤਰ੍ਹਾਂ ਦੇ ਨਾਲ ਇਹਦੇ ਨਾਲ ਕਾਫੀ ਆਪਾਂ ਇਹਦੇ ਨਾਲ ਇੱਕ ਭਾਂਡੇ ਦੇ ਨਾਲ ਕਈ ਕੰਮ ਸਾਰ ਲੈਂਦੇ ਹਾਂ। ਜਿਵੇਂ ਹੁਣ ਮਿੱਟੀ ਦਾ ਜਿਹੜਾ ਰਿੜਕਣਾ ਹੋਊਗਾ ਉਹ ਸਿਰਫ ਦੁੱਧ ਰਿੜਕਣ ਦੇ ਹੀ ਕੰਮ ਆਊਗਾ, ਤੌੜੀ ਆ ਸਿਰਫ ਦੁੱਧ ਦੱਤਾ ਕਰਨ ਦੇ ਹੈ ਨਾ, ਦੁੱਧ ਗਰਮ ਕਰਨ ਦੇ ਹੀ ਕੰਮ ਆਊਗੀ। ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਹੁਣ ਜਿਹੜਾ ਟਾਈਮ ਹੈ ਜੀ ਮਹਿੰਗਾਈ ਦਾ, ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਨਾ ਵੀ ਉਸ ਨਾਲ ਸਰਦੇ, ਅਤੇ ਸਭ ਤੋਂ ਜ਼ਿਆਦਾ ਸੌਖੇ ਦਾ ਹੀ ਗੱਲ ਹੈ ਵੀ ਸਾਡੇ ਲਈ ਸੌਖਾ ਕੀ ਹੈ ਹੈ ਨਾ। ਆਪਣੀਆਂ ਮੰਮੀ ਵਾਲਾ ਟਾਈਮ ਤਾਂ ਦੇਖੋ ਹੁਣ ਰਿਹਾ ਨਹੀਂ, ਨਾ ਉਹਨਾਂ ਜਿੰਨਾ ਆਪਾਂ ਤੋਂ ਕੰਮ ਹੁੰਦਾ ਹੈਗਾ, ਉਹ ਵਿਚਾਰੀਆਂ ਸਾਰਾ ਦਿਨ ਲੱਗੀਆਂ ਰਹਿੰਦੀਆਂ ਸੀ, ਕਦੇ ਤੌੜੀ 'ਚ ਦੁੱਧ ਪਾ ਲੈ, ਕਦੇ ਰਿੜਕਣੀ 'ਚ ਦੁੱਧ ਪਾ ਲੈ। ਲਓ ਜੀ ਆਪਾਂ ਨਾਲ ਨਾਲ ਸਾਰੇ ਕੰਮ ਕਰਦੇ ਰਹਾਂਗੇ। ਅਤੇ ਲਓ ਜੀ ਇੱਧਰ ਆਪਣਾ ਦੁੱਧ ਗਰਮ ਹੋ ਜੂਗਾ, ਅਤੇ ਇੱਧਰ ਮੈਂ ਜਿਹੜਾ ਪਤੀਲੇ ਦੇ ਵਿੱਚ ਪਾ ਦਿੱਤਾ ਇਹਦਾ ਮੱਖਣ ਵਗੈਰਾ, ਉਹ ਕੀ ਹੈ ਸੋਰੀ ਕਰੀਮ ਵਗੈਰਾ, ਅਤੇ ਆਪਾਂ ਇਹਦੇ ਵਿੱਚ ਲੂਣ ਮਿਰਚ ਪਾ ਲੈਂਦੇ ਹਾਂਗੇ ਸਬਜ਼ੀ ਬਣਾਉਣ ਦੇ ਲਈ। ਉਹ ਠੀਕ ਹੈ ਜੀ, ਆਪਾਂ ਨਾਲ ਨਾਲ ਕੰਮ ਕਰਦੇ ਰਹਾਂਗੇ, ਅਤੇ ਇੱਧਰ ਆਪਣੇ ਦੁੱਧ ਨੂੰ ਵੀ ਉਬਾਲੀ ਆਉਣ ਵਾਲੀ ਹੈ। ਰਸੋਈ ਦਾ ਕੰਮ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ, ਪਰ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਪਸੀਨਾ ਆਉਂਦਾ ਨਾ, ਉਦੋਂ ਵਧੀਆ ਨਹੀਂ ਲੱਗਦਾ, ਉਦੋਂ ਹੁੰਦਾ ਵੀ ਕੋਈ ਹੋਰ ਕਰ ਲਿਆ, ਅੱਜ ਤਾਂ ਵੀ ਮੈਂ ਕੋਈ ਹੋਰ ਕੰਮ ਕਰਾਂ। ਹੁਣ ਜੇ ਮੈਨੂੰ ਹੈ ਨਾ ਰਸੋਈ ਸਾਫ਼ ਕਰਨਾ, ਆਪ ਸਬਜ਼ੀਆਂ ਬਣਾਉਣੀਆਂ, ਆਟੇ ਗੁੰਨਣੇ, ਸਾਰੀ ਥਾਂ ਟਿਕਾਣੇ ਚੀਜ਼ ਵੀ ਜਿੱਥੇ ਪਈ ਹੈ ਮੈਂ ਰੋਜ਼ ਮੈਂ ਹੀ ਬਣਾਵਾਂ, ਮੈਂ ਹੀ ਰੱਖਾਂ। ਜੇ ਮੈਂ ਰਸੋਈ ਦਾ ਕੰਮ ਛੱਡ ਵੀ ਦਿੰਦੀ ਹਾਂ ਨਾ, ਕਈ ਵਾਰ ਜੇ ਮੈਨੂੰ ਈਰ ਕਰਦੀ ਹੈ, ਜਾਂ ਕਈ ਵਾਰ ਮੈਂ ਜੱਸੀ ਨੂੰ ਕਰਦੀ ਹਾਂ ਤੂੰ ਕਰ ਹੈ ਨਾ, ਜਿਵੇਂ ਦੁਪਹਿਰ ਦਾ ਉਹ ਕਰਦੀ ਹੈ, ਮੈਨੂੰ ਸ਼ਾਮ ਤੱਕ ਫਿਰ ਕੋਈ ਚੀਜ਼ ਨਹੀਂ ਥੀ ਆਉਂਦੀ, ਕਿਉਂਕਿ ਜੀ ਉਹ ਆਪਣੇ ਹਿਸਾਬ ਨਾਲ ਚੀਜ਼ਾਂ ਰੱਖਦੀਆਂ ਨੇ, ਮੈਂ ਆਪਣੇ ਹਿਸਾਬ ਨਾਲ ਰੱਖਦੀ ਹਾਂ। ਬਾਕੀ ਜੇ ਹੈ ਨਾ ਕਿਚਨ ਦਾ ਕੰਮ ਇੱਕ ਹੱਥ 'ਚ ਹੀ ਰਹੇ ਤਾਂ ਜ਼ਿਆਦਾ ਵਧੀਆ ਰਹਿੰਦਾ ਮੈਨੂੰ ਐਵੇਂ ਲੱਗਦਾ, ਪਰ ਮਜਬੂਰੀ ਹੈ ਜੀ ਕੱਪੜੇ ਵਾਲੇ ਕੰਮ ਦੇ ਕਰਕੇ, ਬਿਜਨਸ ਦੇ ਕਰਕੇ ਹੈ ਨਾ, ਆਪਾਂ ਨੂੰ ਰਸੋਈ ਕੰਮ ਹੋਰ ਹੱਥ 'ਚ ਵੀ ਦੇਣਾ ਪੈਂਦਾ। ਚਲੋ ਜੀ ਆਪਾਂ ਲੂਣ ਮਿਰਚ ਪਾ ਦਿੱਤਾ ਉਹਦੇ ਵਿੱਚ, ਮਿਰਚਾਂ ਤਾਂ ਹੈਗੀਆਂ ਸੀ ਹਰੀਆਂ, ਬਾਕੀ ਲੂਣ ਅਤੇ ਹਲਦੀ ਪਾ ਦਿੱਤੀ ਹੈ, ਅਤੇ ਬਸ ਆਪਾਂ ਫਿਰ ਇਹਨੂੰ ਸਬਜ਼ੀ ਬਣਾ ਲੈਂਦੇ ਹਾਂਗੇ। ਠੀਕ ਹੈ ਜੀ,
ਲਓ ਜੀ, ਸਬਜ਼ੀ ਆਪਣੀ ਬਣ ਗਈ ਹੈ ਅਤੇ ਹੁਣ ਆਪਾਂ ਛਪਾਵਾਂਗੇ ਦੁੱਧ। ਅਤੇ ਮਾਲਵੇ ਵਾਲੀਆਂ ਅਸੀਂ ਦੁੱਧ ਬਿਨਾਂ ਨਹੀਂ ਖਾਂਦੇ, ਪਰ ਥੋੜ੍ਹੀ ਜਿਹੀ ਮੈਂ ਆਪਣੀ ਜੋਗੀ ਇਸ ਤਰ੍ਹਾਂ ਕੱਢ ਲਈ ਹੈ। ਮੇਰਾ ਜੀ ਕਰਦਾ ਬਿਨਾਂ ਦੁੱਧ ਵਾਲੀ ਖਾਣ ਵਾਲੀ, ਸਾਡੇ ਘਰ ਦੇ ਵਿੱਚ ਹੋਰ ਕੋਈ ਬਿਨਾਂ ਦੁੱਧ ਦੇ ਕੱਦੂ ਤੋਰੀ ਨਹੀਂ ਖਾਂਦਾ, ਪਰ ਮੈਂ ਆਪਣੇ ਲਈ ਥੋੜ੍ਹੀ ਜਿਹੀ ਕੱਢ ਲਈ ਹੈ। ਅਤੇ ਇਹ ਸਬਜ਼ੀ ਨਾਲ ਸਾਨੂੰ ਹੁਣ ਸਰ ਜੂਗਾ, ਦੁਪਹਿਰ ਨੂੰ ਆਪਾਂ ਫਿਰ ਬਣਾ ਲਾਂਗੇ ਫਲੀਆਂ ਦੀ। ਅਤੇ ਰੁੱਖੀ ਰੋਟੀ ਖਾਣੀ ਬਹੁਤ ਜ਼ਿਆਦਾ ਔਖੀ ਹੈ ਜੀ, ਜੀ ਵੀ ਨਹੀਂ ਕਰਦਾ ਹੈ ਨਾ ਚਟਣੀ ਜਿੰਨਾ ਰੋਟੀ ਖਾਣ ਨੂੰ। ਕਦੇ ਕਦੇ ਤਾਂ ਵਧੀਆ ਲੱਗਦੀ ਚਟਣੀ, ਪਰ ਕਦੇ ਕਦੇ ਨਹੀਂ। ਮੈਨੂੰ ਐਵੇਂ ਹੋ ਗਿਆ ਵੀ ਜਿੰਨੇ ਟਾਈਮ 'ਚ ਆਪਾਂ ਚਟਣੀ ਕੁੱਟਾਂਗੇ ਅਤੇ ਉਨੇ ਟਾਈਮ ਦੇ ਵਿੱਚ ਕੱਦੂ ਦੀ ਸਬਜ਼ੀ ਬਣ ਜੂਗੀ, ਨਾ ਢਿੱਡ ਭਰ ਕੇ ਰੋਟੀ ਖਾਧੀ ਜਾਂਦੀ ਹੈ ਕੀ ਚਟਣੀ ਦੇ ਨਾਲ ਖਾਣਾ। ਲਓ ਜੀ, ਉਹ ਦੁੱਧ ਨੂੰ ਉਬਾਲੀ ਆ ਗਈ, ਬਸ ਆਪਣੀ ਸਬਜ਼ੀ ਤਿਆਰ ਹੈ ਅਤੇ ਫਿਰ ਆਪਾਂ ਰੋਟੀ ਰੋਟੀ ਬਣਾਉਂਦੇ ਹਾਂ। ਠੀਕ ਹੈ ਜੀ, ਠਹਿਰ ਕੇ ਮਿਲਦੇ ਹਾਂ। ਲਓ ਜੀ, ਰੋਟੀ ਰੋਟੀ ਆਪਾਂ ਬਣਾ ਲਈ ਹੈ, ਸਾਰਿਆਂ ਨੇ ਖਾ ਲਈ ਹੈ ਅਤੇ ਕਿਚਨ ਹੈ ਜਿਹੜੀ ਸਾਫ਼ ਹੋ ਗਈ ਹੈ। ਕੱਢਾ ਬਰਤਨ ਰਹਿੰਦਾ ਸਾਫ਼ ਕਰਨ ਵਾਲਾ, ਆਪਾਂ ਉਹ ਕਰ ਲੈਂਦੇ ਹਾਂ। ਅਤੇ ਪਹਿਲਾਂ ਮੈਂ ਕੱਢ ਲੈਂਦੇ ਹਾਂ ਜੀ ਮੱਖਣ, ਅਤੇ ਫਿਰ ਇਹ ਆਪਾਂ ਲੱਸੀ ਜੀ ਜਿਹੜਾ ਹੈ ਨਾ ਪਾਣੀ ਧਣੀ ਜਿਹਾ ਬਚੂਗਾ ਉਹ ਮੱਝਾਂ ਨੂੰ ਪਿਆ ਜਾਵਾਂਗੇ, ਅਤੇ ਨਾਲ ਉਹਦੇ ਪਤੀਲਾ ਪਤੂਲਾ ਮਾਂਜ ਕੇ ਧੋ ਕੇ ਰੱਖ ਦਾਂਗੇ, ਅਤੇ ਨਾਲ ਹੀ ਇਹਨੂੰ ਆਪਾਂ ਗਰਮ ਕਰ ਲਾਂਗੇ। ਕਈ ਵਾਰੀ ਫਿਰ ਘੋਲ ਹੋ ਜਾਂਦੀ ਹੈ, ਪਤਾ ਜੀ ਜਿਹੜਾ ਕੰਮ ਆਪਾਂ ਨਾਲ ਹੁੰਦੇ ਨਿਬੇੜ ਸਕਦੇ ਉਹਨਾਂ ਨਿਬੇੜਨਾ ਚਾਹੀਦਾ। ਅਤੇ ਕਈ ਵਾਰੀ ਐਸਾ ਟਾਈਮ ਹੁੰਦਾ ਜਿਵੇਂ ਮੈਂ ਕੋਈ ਵੀਡੀਓ ਬਣਾਉਣੀ ਹੁੰਦੀ ਹੈ ਜਾਂ ਮੈਂ ਵੀਡੀਓ ਦੀ ਐਡੀਟਿੰਗ ਕਰਨੀ ਹੁੰਦੀ ਹੈ, ਜਾਂ ਉਹ ਮੈਨੂੰ ਬੋਲ ਰਹੀ ਮਾਰ ਰਹੀਆਂ ਹੁੰਦੀਆਂ ਨੇ ਵੀ ਇਹਦਾ ਬਿੱਲ ਆ ਦੇ ਜਾਂ ਸਾਨੂੰ ਕੁਛ ਐਸਾ ਦੱਸ ਦੇ, ਮੈਂ ਰਸੋਈ ਦਾ ਕੰਮ ਜੇ ਉਹ ਛੱਡ ਦਾਂ ਉਸ ਟਾਈਮ, ਫਿਰ ਉਹ ਦੁਪਹਿਰ ਤੱਕ ਕੰਮ ਜਾਂ ਦੁਬਾਰਾ ਫਿਰ ਜਦੋਂ ਆਪਾਂ ਉਹ ਕੰਮ ਨੂੰ ਕਰਦੇ ਹਾਂ ਬਹੁਤ ਜ਼ਿਆਦਾ ਔਖਾ ਲੱਗਦਾ। ਇਸ ਕਰਕੇ ਜਿਹੜੇ ਕੰਮ ਦਾ ਟਾਈਮ ਜਦੋਂ ਹੈਗਾ ਜੀ ਆਪਾਂ ਉਦੋਂ ਹੀ ਕਰਾਂਗੇ ਤਾਂ ਜ਼ਿਆਦਾ ਵਧੀਆ ਰਹਿੰਦਾ। ਕਦੇ ਵੀ ਕੰਮ ਨੂੰ ਪੈਂਡਿੰਗ ਨਾ ਛੱਡੋ, ਪੈਂਡਿੰਗ ਕੰਮ ਨਾ ਇੰਨਾ ਜ਼ਿਆਦਾ ਸਿਰਦਰਦੀ ਦਿੰਦਾ। ਜੇ ਤੁਹਾਡੀ ਕੋਈ ਦੇਖੋ ਮਜਬੂਰੀ ਆ ਨਾ ਸਿਹਤ ਨਹੀਂ ਠੀਕ, ਫਿਰ ਤਾਂ ਆਪਾਂ ਨੂੰ ਛੱਡਣਾ ਹੀ ਪੈਂਦਾ, ਚਲੋ ਜਿੰਨਾ ਕੁ ਬਣਾ ਕੰਮ ਬਿਨਾਂ ਸਰਦਾ ਨਹੀਂ ਉਨਾ ਕਰਨਾ ਪੈਂਦਾ। ਪਰ ਜੇ ਤੁਹਾਨੂੰ ਲੱਗਦਾ ਵੀ ਸਾਰਾ ਕੁਛ ਠੀਕ ਹੈ, ਬਸ ਫਿਰ ਆਪਣਾ ਕੰਮ ਹੈ ਜਿਹੜਾ ਰਸੋਈ ਦਾ ਨਾਲ ਹੁੰਦੇ ਨਿਬੇੜੋ ਬਸ। ਚਲੋ ਠੀਕ ਹੈ ਜੀ, ਆਪਾਂ ਹੁਣ ਇਹ ਕੱਢ ਲੈਂਦੇ ਹਾਂ ਮੱਖਣ, ਅਤੇ ਨਾਲ ਹੀ ਆਪਾਂ ਰੱਖ ਦਿੰਦੇ ਹਾਂ ਇਹਨੂੰ ਗਰਮ ਹੋਣ ਵਾਸਤੇ। ਅਤੇ ਆਪਾਂ ਅੱਜ ਵਾਲੇ ਵਲੋਗ ਦਾ ਐਂਡ ਇੱਥੇ ਕਰਦੇ ਹਾਂ। ਅੱਜ ਆਪਾਂ ਤੁਹਾਨੂੰ ਦਿਖਾਇਆ ਸਵੇਰ ਦੀ ਕਿਚਨ ਦੇ ਰੂਟੀਨ ਦੇ ਕੰਮ, ਹੈ ਨਾ, ਬ੍ਰੇਕਫਾਸਟ ਦਾ ਰੂਟੀਨ ਵੀ ਕਿਸ ਤਰ੍ਹਾਂ ਦੇ ਵਿੱਚ ਪਿੰਡ ਕਿਸ ਤਰ੍ਹਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਖਾਣਾ ਬਣਾਇਆ ਜਾਂਦਾ। ਹੁਣ ਪਹਿਲਾਂ ਦਾ ਨਾ ਫਰਕ ਪੈ ਗਿਆ ਜੀ, ਹੁਣ ਹਰ ਇੱਕ ਗਰਮੀ ਤੋਂ ਡਰਦਾ, ਬਸ ਗੈਸ 'ਤੇ ਲਾਉਂਦਾ ਹੈਗਾ। ਕੁਛ ਘਰ ਹੈਗੇ ਨੇ ਜਿਹੜੇ ਚੁੱਲ੍ਹੇ 'ਤੇ ਲਾਉਂਦੇ ਨੇ, ਖਾਸ ਕਰਕੇ ਜਿਨ੍ਹਾਂ ਦੀ ਫੈਮਿਲੀ ਵੱਡੀ ਹੈ ਜੀ ਉਹ ਚੁੱਲ੍ਹਾ ਬਾਲਦੇ ਨੇ, ਨਹੀਂ ਅੱਲਾ ਕਹਿੰਦਾ ਵੀ ਦੋ ਫੁਲਕੇ ਨੇ ਗੈਸ 'ਤੇ ਲਾ ਕੇ ਕੰਮ ਨਿਬੇੜ ਦਿੰਦੇ ਆ। ਚਲੋ ਠੀਕ ਹੈ ਜੀ, ਆਪਾਂ ਅੱਜ ਵਾਲੇ ਵਲੋਗ ਦਾ ਇੰਡੇਥ ਹੀ ਕਰਦੇ ਹਾਂ, ਕੱਲ੍ਹ ਨੂੰ ਨਵੇਂ ਵਲੋਗ ਦੇ ਨਾਲ ਮਿਲਦੇ ਹਾਂ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਤੁਸੀਂ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ। ਠੀਕ ਹੈ ਜੀ, ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।